संयुक्त किसान मोर्चे के सद्दे ते भारतीय किसान यूनियन दे एकता डकौंदा वालों 27 सितंबर के भारत बंद के सद्दे नूं सफल बनाने किसान मारू बिलों के खिलाफ मोटरसाइकिल रैली कढ़ के रोस मार्च किया गया। हरिंदर सिंह कोटली ब्लाक प्रधान ने दस्सिया कि मोटरसाइकिल रोस मार्च पिंड गैरी तो शुरू होकर होर कई पिंडां दे विच लंघदा होया रुलदू वाला विखे समाप्त होएगा। इस मौके रामा मंडी विच पैदल मार्च करदिआं किसानों ने काले झंडे लगा के केंद्र सरकार खिलाफ जम के नारेबाजी भी की। ਇਹਦੀ ਆਪਾਂ ਇਕਜੁੱਟਤਾ ਦੀ ਜਿਹੜੀ ਮਿਸਾਲ ਹੈ ਉਹ ਦੇ ਸਕੀਏ, ਕਿਉਂਕਿ ਜੇ ਭਰਾਵੋ ਖੇਤੀ ਜਾਂਦੀ ਹੈ ਤਾਂ ਮੋਦੀ ਸਰਕਾਰ ਤੇ ਡਾਨੀ ਬਾਨੀ ਜਿਹੜੇ ਕਾਰਪੋਰੇਟ ਘਰਾਣੇ ਹੈ ਉਹ ਫੈਸਲਾ ਕਰੀ ਬੈਠੇ ਹੈ ਵੀ ਜਿਹੜੇ ਵੱਡੇ ਵੱਡੇ ਮਾਲ ਇਹ ਸ਼ਹਿਰਾਂ ਦੇ ਵਿੱਚ ਖੁੱਲ੍ਹਣੇ ਹੈ ਤੇ ਜਦੋਂ ਇੱਕ ਮਾਲ ਸ਼ਹਿਰ ਦੇ ਵਿੱਚ ਖੁੱਲ੍ਹਦਾ ਤਾਂ ਘੱਟੋ ਘੱਟ ਉਹਦੇ ਨਾਲ 1800 ਦੁਕਾਨ ਆ ਜਿਹੜੀ ਪ੍ਰਭਾਵਿਤ ਹੁੰਦੀ ਹੈ। ਸੋ ਇਹ ਅਸੀਂ ਗੱਲਾਂ ਤਾਂ ਕਹਿੰਦੇ ਹਾਂ ਜੇ ਆਪਾਂ ਜ਼ਮੀਨਾਂ ਬਚਾਉਣੀਆਂ ਤੇ ਦੂਜੇ ਪਾਸੇ ਜਿਹੜੇ ਆਪਣੇ ਕਾਰੋਬਾਰ ਹੈ ਇਹ ਵੀ ਆਪਾਂ ਬਚਾਉਣੇ ਆ। ਸੋ ਇਸ ਕਰਕੇ ਜਿਹੜਾ ਇਹ ਅਸੀਂ ਸੁਨੇਹਾ ਲੈ ਕੇ ਆਏ ਹਾਂ ਵੀ 27 ਸਤੰਬਰ ਨੂੰ ਮੁਕੰਮਲ ਜਿਹੜਾ ਤੜਕੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜਿਹੜੀ ਭਾਰਤ ਬੰਦ ਦੀ ਕਾਲ ਆਈ ਹੈ ਸੋ ਉਹਦੇ ਵਿੱਚ ਤੁਸੀਂ ਪੂਰਨ ਸਹਿਯੋਗ ਦੇਵੋਗੇ। ਇਸ ਆਸਤੇ ਨਾਲ ਅਸੀਂ ਸਾਰੇ ਪਿੰਡਾਂ ਦੇ ਵਿੱਚ ਦੀ ਮਾਰਚ ਕੱਢਦੇ ਹੋਏ ਅੱਡੋ ਅੱਡ ਪਿੰਡਾਂ ਦੇ ਵਿੱਚੋਂ ਅਨਾਊਂਸਮੈਂਟਾਂ ਕਰਦੇ ਹੋਏ ਤੁਹਾਡੀ ਇਸ ਰਾਮਾ ਮੰਡੀ ਦੇ ਵਿੱਚ ਪਹੁੰਚੇ ਹਾਂ, ਕਿਉਂਕਿ ਜਿਹੜਾ ਇੱਥੋਂ ਦਾ ਆਪਣਾ ਜਿਹੜਾ ਧਰਨਾ ਹੈਗਾ ਜਿਹੜਾ ਆਪਾਂ ਬੰਦ ਕਰਨਾ ਰੋਡ। ਵੈਸੇ ਤਾਂ ਜਿਹੜਾ ਲੋਕਾਂ ਨੇ ਸਾਥ ਦਿੱਤਾ ਕਿਸਾਨਾਂ ਨੂੰ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਜਦੋਂ ਵੀ ਕਾਲ ਆਈ ਹੈ ਆਟੋਮੈਟਿਕ ਸਾਡੇ ਜਿਹੜਾ ਦੁਕਾਨਦਾਰ ਭਾਈਚਾਰਾ ਜਾਂ ਛੋਟੇ ਮੋਟੇ ਜਿੰਨੇ ਵੀ ਕਾਰੋਬਾਰ ਹੈ ਰੇਹੜੀ ਫੜੀ ਵਾਲੇ ਤੋਂ ਲੈ ਕੇ ਉੱਚੇ ਉਦੋਂ ਉੱਪਰ ਤੱਕ ਉਹਨਾਂ ਨੇ ਪੂਰਨ ਸਹਿਯੋਗ ਦਿੱਤਾ। ਤੇ ਹੁਣ ਵੀ 27 ਤਰੀਕ ਨੂੰ ਆਪਾਂ ਇਹ ਜਿਹੜਾ ਮਿਸਾਲ ਹੈ ਉਹ ਜਿਉਂਦੀ ਤਿਉਂ ਆਪਾਂ ਕਾਇਮ ਰੱਖਣੀ ਹੈ। ਕਿਸਾਨ ਯੂਨੀਅਨ ਇਕੱਠ ਕੌਂਦਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੰਗਤ ਬਲਾਕ ਦੇ ਵਿੱਚ ਜਿਹੜਾ ਆਉਣ ਵਾਲੇ 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾਏ ਉਸ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਪਿੰਡ ਗਹਿਰੀ ਬੁੱਟਰ ਤੋਂ ਲੈ ਕੇ ਗਹਿਰੀ ਬੁੱਟਰ ਪੱਕਾ ਕਲਾ ਸੇਖੂ ਸਗਲੱਦੀ ਰਾਮਾ ਮੰਡੀ ਦੇ ਵਿੱਚ ਇਸ ਟਾਈਮ ਤੇ ਖੜੇ ਆ। ਰਾਮਾ ਮੰਡੀ ਤੋਂ ਅਮਰਜੀਤ ਸਿੰਘ ਲਹਿਰੀ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।